ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਸਰਪੰਚ ਭੂਕਾ ਗਿੱਲ। ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਦੇਖੀ, ਸਾਡਾ ਦੋਸਤ ਹੀ ਆ ਕਾਲਾ ਧਨੌਲਾ, ਜਿਹੜਾ ਕਿ ਗੈਂਗਸਟਰ ਵਾਲੀ ਦੁਨੀਆਂ ਛੱਡ ਕੇ ਜਿਨ੍ਹਾਂ ਤੋਂ ਬਾਹਰ ਆ ਚੁੱਕਿਆ, ਅਤੇ ਧਨੌਲੇ ਦੇ ਵਿੱਚ ਕਾਫੀ ਨਾਮ ਆ ਅਤੇ ਪੰਜਾਬ ਦੇ ਵਿੱਚ ਵੀ ਕਾਫੀ ਨਾਮ ਆ। ਉਹਦੇ ਫਾਦਰ ਸਾਹਿਬ, ਉਹਨਾਂ ਦੀ ਮਦਰ ਚੇਅਰਮੈਨ ਵੀ ਰਹਿ ਚੁੱਕੇ ਨੇ ਧਨੌਲੇ ਤੋਂ। ਉਹਨਾਂ ਨੇ ਇੱਕ ਜੇਲ੍ਹ ਬਾਰੇ, ਸਾਡੇ ਕਾਲੇ ਵੀਰ ਨੇ ਇੱਕ ਜੇਲ੍ਹ ਬਾਰੇ ਗੱਲ ਕੀਤੀ ਕਿ ਜੇਲ੍ਹਾਂ ਦੇ ਵਿੱਚ ਪੈਸੇ ਦੇ ਕੇ ਤੁਹਾਨੂੰ ਸਾਰੀਆਂ ਸੁੱਖ ਸਹੂਲਤਾਵਾਂ ਉਪਲਬਧ ਹੁੰਦੀਆਂ ਨੇ, ਮੋਬਾਈਲ ਉਪਲਬਧ ਹੁੰਦੇ। ਦੇਖੋ, ਜਿੱਥੇ ਆਪਾਂ ਆਪਣਾ ਚੰਗਾ ਮਾੜਾ ਟਾਈਮ ਕੱਢਿਆ ਹੋਵੇ, 10 ਸਾਲ ਤੋਂ ਜ਼ਿਆਦਾ ਟਾਈਮ ਕੱਢਿਆ ਹੋਵੇ, ਆਪਾਂ ਤਾਂ ਆ ਗਏ। ਮੈਂ ਕਾਲੇ ਵੀਰ ਨੂੰ ਦੱਸਣਾ ਚਾਹੁੰਦਾ ਕਿ ਇਹ ਚੀਜ਼ਾਂ ਡਿਸਕਲੋਜ਼ ਨਹੀਂ ਕਰੀਆਂ। ਪਤਾ ਸਾਰਿਆਂ ਨੂੰ ਆ, ਤੁਹਾਡੇ ਕਹਿਣ 'ਤੇ ਜੇਲ੍ਹ ਦੇ ਵਿੱਚੋਂ ਫੋਨ ਬੰਦ ਨਹੀਂ ਹੋਣ ਲੱਗੇ, ਤੁਹਾਡੇ ਕਹਿਣ 'ਤੇ ਜੇਲ੍ਹਾਂ ਦੇ ਵਿੱਚੋਂ ਫੋਨ ਫੜੇ ਨਹੀਂ ਜਾਣ ਲੱਗੇ। ਪਤਾ ਸਭ ਨੂੰ ਆ ਕਿੱਥੇ ਕੀ ਹੁੰਦਾ, ਕਿੱਥੇ ਕੀ ਹੁੰਦਾ। ਕੋਈ ਸ਼ੌਂਕ ਵਜੋਂ ਚਲਾਉਂਦਾ, ਕੋਈ ਮਜਬੂਰੀ ਵਜੋਂ ਚਲਾਉਂਦਾ, ਹਰੇਕ ਦਾ ਆਪਣਾ ਆਪਣਾ ਪਰਿਵਾਰ ਆ। ਤੁਸੀਂ ਵੀ ਅੰਦਰ ਬੈਠ ਕੇ ਕਾਲੇ ਵੀਰ ਇਲੈਕਸ਼ਨਾਂ ਲੜੀਆਂ ਨੇ, ਮੋਬਾਈਲਾਂ 'ਤੇ ਲੜੀਆਂ ਜਾਂਦੀਆਂ ਨੇ, ਤੁਸੀਂ ਤਾਂ ਬਾਹਰ ਪ੍ਰੈਜੈਂਟ ਹੈ ਨਹੀਂ ਸੀ। ਮੇਰਾ ਤਾਂ ਇਹੀ ਕਹਿਣਾ ਕਿ ਆਪਾਂ ਆਪ ਤਾਂ ਬਾਹਰ ਆ ਗਏ, ਆਪਾਂ ਜਿਹੜੇ ਉਹ ਪਿੱਛੇ ਰਹਿ ਜਾਂਦੇ ਨੇ, ਉਹਨਾਂ ਦਾ ਆਪਾਂ ਕਦੇ ਮਾੜਾ ਕਰ, ਠੀਕ ਹੈ ਨਾ। ਆਪਣੀ ਆਪਣੀ ਸੋਚ ਹੁੰਦੀ ਆ। ਦੇਖੋ, ਕਹਿਣਾ ਤਾਂ ਆਪਾਂ ਨੂੰ ਸਰਕਾਰਾਂ ਤੋਂ ਮੰਗਾਂ ਕਰਨੀਆਂ ਚਾਹੀਦੀਆਂ ਨੇ ਕਿ ਸਰਕਾਰਾਂ ਦੇ ਹੱਥ ਵੱਸ ਬਹੁਤ ਕੁਛ ਹੁੰਦਾ। ਸਰਕਾਰਾਂ ਕੀ ਕਰਦੀਆਂ ਨੇ, ਜਦੋਂ ਵੀ ਸਰਕਾਰ ਚੇਂਜ ਹੁੰਦੀ ਆ, ਜੇਲ੍ਹ ਮੰਤਰੀ ਸਭ ਚੇਂਜ ਹੁੰਦੇ ਨੇ, ਨਵੇਂ ਜੇਲ੍ਹ ਮੰਤਰੀ ਆਉਂਦੇ ਨੇ, ਸਾਰੇ ਇਹ ਗੱਲਾਂ ਕਰਦੇ ਰਹਿੰਦੇ ਨੇ, ਵੱਡੇ ਵੱਡੇ ਦਾਅਵੇ ਕਰਦੇ ਰਹਿੰਦੇ ਨੇ ਕਿ ਅਸੀਂ ਜੇਲ੍ਹਾਂ ਦੇ ਵਿੱਚ ਸੁਧਾਰ ਕਰਨਾ, ਕਿਉਂਕਿ ਜੇਲ੍ਹਾਂ ਇੱਕ ਸੁਧਾਰ ਕਰਨੀ। ਪਹਿਲੀ ਗੱਲ ਤਾਂ ਮੈਂ ਸਾਡੇ ਹੁਣ ਦੇ ਜਿਹੜੇ ਅਜੋਤ ਬੈਂਸ ਜੀ ਨੇ ਜੇਲ੍ਹ ਮੰਤਰੀ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਸ ਤੋਂ ਪਹਿਲਾਂ ਸੁੱਖੀ ਰੰਧਾਵਾ ਜੀ ਵੀ ਰਹੇ, ਉਸ ਤੋਂ ਪਹਿਲਾਂ ਹੀਰਾ ਸਿੰਘ ਗਾਬੜੀਆ ਜੀ ਰਹੇ ਨੇ, ਜੇਲ੍ਹ ਮੰਤਰੀ ਮਲਕੀਤ ਸਿੰਘ ਵੀਰ ਮੀਹੁਣੀ ਵੀ ਰਹੇ ਨੇ, ਬਹੁਤ ਸਾਰੇ ਆਗੂ, ਕਿਉਂਕਿ ਹਰੇਕ ਸਰਕਾਰ ਨੇ ਆਪਣਾ ਜੇਲ੍ਹ ਮੰਤਰੀ ਲਗਾਉਣਾ ਹੀ ਹੁੰਦਾ ਅਹੁਦਾ ਬਾਰੇ। ਉਸ ਤੋਂ ਬਿਨਾਂ ਜੇਲ੍ਹਾਂ ਦੇ ਵਿੱਚ ਡੀ ਜੀ ਪੀ ਰੈਂਕ ਦੇ ਆਫਿਸਰ ਨੇ ਜਿਹੜੇ, ਉਹਨਾਂ ਨੂੰ ਏ ਡੀ ਜੀ ਪੀ ਲਾਇਆ ਜਾਂਦਾ ਜੇਲ੍ਹਾਂ ਦਾ, ਅਤੇ ਜਿਹੜਾ ਕਾਰਜਭਾਗ ਆ ਜੇਲ੍ਹਾਂ ਦਾ, ਉਹ ਸੁਪਰਡੈਂਟ, ਡਿਪਟੀ ਸੁਪਰਡੈਂਟ, ਅਸਿਸਟੈਂਟ ਸੁਪਰਡੈਂਟ, ਇਹ ਵਗੈਰਾ ਸਾਰੇ ਮਿਲ ਕੇ, ਅਤੇ ਖਾਸ ਕਰਕੇ ਜੇਲ੍ਹਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਕੈਦ ਹੋਈ ਹੁੰਦੀ ਆ ਕੈਦੀ, ਉਹ ਸਾਰੇ ਮੁਨਸ਼ੀ ਦਫ਼ਤਰਾਂ ਦਾ ਕੰਮ, ਚੱਕਰਾਂ ਦਾ ਕੰਮ, ਸਾਰੀਆਂ ਬੈਠਕਾਂ ਦਾ, ਲੋਕ ਖੋਲ੍ਹਣੇ, ਲੋਕ ਕਰਨੇ, ਈਵਨ ਕਿ ਇੰਨੀ ਪੁਲਿਸ ਐਕਟਿਵ ਨਹੀਂ ਹੁੰਦੀ ਜਿੰਨੀ ਕਿ ਉਹਨਾਂ ਦੇ ਹੱਥ ਦੇ ਵਿੱਚ, ਸਾਰਾ ਕੰਮ ਕੈਦੀਆਂ ਦੇ ਵਿੱਚ। ਮੈਂ ਜੇਲ੍ਹ ਮੰਤਰੀ ਸਾਹਿਬ ਨੂੰ ਇੱਕ ਦੋ ਬੇਨਤੀਆਂ ਕਰਨਾ ਚਾਹੁੰਦਾ ਕਾਲੇ ਵੀਰ ਦੀ ਗੱਲ ਦਾ ਜਵਾਬ ਦੇ ਕੇ। ਚਲੋ, ਕਾਲੇ ਦੀ ਤਾਂ ਮੈਂ ਗੱਲ ਦਾ ਜਵਾਬ ਦੇਤਾ ਕਿ ਜਿੱਥੇ ਆਪਾਂ ਖਾ ਪੀ ਕੇ ਆਈਏ, 10 ਸਾਲ ਟਾਈਮ ਕੱਢ ਕੇ ਆਈਏ, ਉਹਨਾਂ ਚੀਜ਼ਾਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਉਹ ਚੀਜ਼ਾਂ ਡਿਸਕਲੋਜ਼ ਨਹੀਂ ਕਰਨੀਆਂ ਚਾਹੀਦੀਆਂ। ਤੁਸੀਂ ਤਾਂ ਅੱਗੇ ਦੂਜਿਆਂ ਲਈ ਕਾਹਤਾ ਮਾੜਾ ਸੋਚਦੇ ਹੋ, ਕਿਉਂਕਿ ਆਉਣ ਜਾਣ ਤਾਂ ਲੱਗਿਆ ਹੀ ਰਹਿੰਦਾ। ਜਿਹੜਾ ਬੰਦਾ ਹੁਣ ਇਸ ਲਾਈਨ 'ਚ ਪੈ ਗਿਆ, ਕੱਲ੍ਹ ਨੂੰ ਖੁਦਾ ਨਾ ਖਾਸਤਾ ਫਿਰ ਤੁਹਾਡੇ 'ਤੇ ਦੁਬਾਰਾ ਕੇਸ ਹੋ ਜਾਵੇ, ਫਿਰ ਜਾਣਾ ਪੈ ਜਾਵੇ, ਫਿਰ ਉਹ ਲੋਕ ਤੁਹਾਨੂੰ ਕਿਵੇਂ ਡੀਲ ਕਰਨਗੇ ਉਹ ਤੁਹਾਨੂੰ ਵੀ ਪਤਾ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੇਲ੍ਹ ਪ੍ਰਸ਼ਾਸਨ ਨੂੰ, ਜੇਲ੍ਹ ਮੰਤਰੀ ਸਾਹਿਬ ਨੂੰ ਅਤੇ ਏ ਡੀ ਜੀ ਪੀ ਜੇਲ੍ਹਾਂ ਨੂੰ। ਹੁਣ ਤਾਂ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਜੀ ਨੇ, ਜਿਹੜੇ ਕਿ ਬੇਹੱਦ ਇਮਾਨਦਾਰ ਇਨਸਾਨ ਨੇ, ਇਹਨਾਂ ਤੋਂ ਪਹਿਲਾਂ ਜਿਹੜੇ ਡੀ ਜੀ ਪੀ ਜੇਲ੍ਹਾਂ ਸੀਗੇ, ਪੀ ਕੇ ਸਿਨਹਾ ਜੀ, ਪ੍ਰਵੀਨ ਕੁਮਾਰ ਸਿਨਹਾ ਜੀ, ਉਹ ਵੀ ਬਹੁਤ ਇਮਾਨਦਾਰ ਅਫਸਰ ਸੀਗੇ। ਪਰ ਜਿਹੜਾ ਜੇਲ੍ਹਾਂ ਦਾ ਸੁਧਾਰ ਹੋਣਾ, ਉਹ ਜੇਲ੍ਹਾਂ 'ਚ ਮੋਬਾਈਲ ਬੰਦ ਕਰਕੇ ਨਹੀਂ ਹੋਣਾ, ਕਿਉਂਕਿ ਪਹਿਲੀ ਗੱਲ ਤਾਂ ਜੇਲ੍ਹਾਂ ਦੇ ਵਿੱਚ ਘੱਟੋ ਘੱਟ 80% ਲੋਕ ਨੇ ਜਿਹੜੇ ਉਹ ਨਜਾਇਜ਼ ਬੈਠੇ। ਇੱਕ FIR ਹੁੰਦੀ ਆ, ਉਹਦੇ ਵਿੱਚ ਇੱਕ ਨਾਮ, 2 ਸਹੀ ਹੁੰਦੇ ਨੇ, 3 ਗਲਤ ਹੁੰਦੇ ਨੇ। ਇਸ ਤਰ੍ਹਾਂ ਰੂਟੀਨ ਵਾਈਜ਼ ਜੇਲ੍ਹਾਂ ਦੇ ਵਿੱਚ ਤਕਰੀਬਨ, ਮੈਂ ਫਿਰ ਦਾਅਵੇ ਨਾਲ ਕਹਿੰਦਾ ਕਿ 80% ਲੋਕ ਨਾ ਗਲਤ ਬੈਠੇ ਨੇ, ਝੂਠੇ ਨਜਾਇਜ਼ ਬੈਠੇ। ਪਰ ਚਲੋ, ਜਦੋਂ ਕੇਸ ਹੋ ਗਿਆ, ਹੁਣ ਉਹ ਅਦਾਲਤਾਂ ਦਾ ਕੰਮ ਆ, ਉਹਨਾਂ ਨੂੰ ਬਰੀ ਕਰਨਾ ਨਹੀਂ ਕਰਨਾ, ਉਹਨਾਂ ਦੀ ਕਿਸਮਤ ਆ ਕੇ ਮਹਾਰਾਜ ਜਾਣੀ ਜਾਣ ਕੀ ਹੋਣਾ। ਪਰ ਜਿਹੜਾ ਸੁਧਾਰ ਜੇਲ੍ਹਾਂ ਦੇ ਵਿੱਚ ਇਹ ਕਰਨਾ ਚਾਹੁੰਦੇ ਨੇ, ਪਹਿਲੀ ਗੱਲ ਤਾਂ ਰੋਟੀ ਦਾ ਸੁਧਾਰ ਕਰਨ। ਸਾਡੀਆਂ ਜੇਲ੍ਹਾਂ ਦੇ ਵਿੱਚ ਰੋਟੀ ਉਹ ਮਿਲਦੀ ਆ ਜਿਹੜੀ ਕਿ ਅਸੀਂ ਇੱਥੇ ਬਾਹਰ ਪਸ਼ੂਆਂ ਨੂੰ ਨਹੀਂ ਪਾਉਂਦੇ। ਕਹਿਣ ਨੂੰ ਦਾਲ ਹੁੰਦੀ ਆ, ਕੌਲੀ ਦੇ ਵਿੱਚ ਸਾਰੀ ਦੇ ਵਿੱਚ ਦਾਣੇ ਨਹੀਂ ਲੱਭਦੇ, ਦਾਲਾਂ ਖਵਾਈ ਜਾਣੀ ਆ ਮੂੰਗੀ। ਕਾਗਜ਼ਾਂ 'ਚ ਚੌਲ ਵੀ ਆਉਂਦੇ ਆ, ਕਾਗਜ਼ਾਂ 'ਚ ਗੁੜ ਵੀ ਆਉਂਦਾ ਜੀ, ਕਾਗਜ਼ਾਂ 'ਚ ਛੋਲੇ ਵੀ ਆਉਂਦੇ ਨੇ, ਬੜਾ ਕੁਛ ਆਉਂਦਾ ਕਾਗਜ਼ਾਂ 'ਚ। ਅੱਗੇ ਜਿਹੜਾ ਡੀ ਜੀ ਪੀ ਸਰ ਨੇ ਤਾਂ ਉੱਥੋਂ ਬੈਠ ਕੇ ਆਰਡਰ ਕਰ ਦੇਣਾ, ਅੱਗੇ ਜਿਹੜਾ ਜੇਲ੍ਹਾਂ ਦਾ ਪ੍ਰਬੰਧ ਆ ਉਹ ਹੋਣਾ ਸੁਪਰਡੈਂਟਾਂ ਦੇ, ਡਿਪਟੀ ਸੁਪਰਡੈਂਟਾਂ ਦੇ, ਵੀ ਉਹਨਾਂ ਨੇ ਆਪਣੀ ਜੇਲ੍ਹ 'ਚ ਕਿਵੇਂ ਚਲਾਉਣੀ। ਹੁਣ ਮੈਂ ਸਾਰੇ ਅਫਸਰਾਂ ਨੂੰ ਭ੍ਰਿਸ਼ਟਾਚਾਰ ਨਹੀਂ ਕਹਿੰਦਾ, ਪਰ ਮੇਰੀ ਜ਼ਿੰਦਗੀ ਦੇ ਵਿੱਚ ਤਾਂ ਮੈਂ 2 ਕੀ ਅਫਸਰ ਦੇਖੇ ਨੇ ਜਿਹੜੇ ਬੇਹੱਦ ਇਮਾਨਦਾਰ,
ਪਹਿਲਾਂ ਅਮਰੀਕ ਸਿੰਘ ਮਾਨਤ ਜੀ ਹੁੰਦੇ ਸੀਗੇ, ਉਹ ਡਿਪਟੀ ਸੁਪਰਡੈਂਟ ਰਹੇ ਕਾਫੀ ਜ਼ਿਲ੍ਹਾ ਚ ਕੀ, ਫਿਰ ਲਾਸਟ ਇੱਥੇ ਲੁਧਿਆਣਾ ਜੇਲ੍ਹ ਚੋਂ ਮੁਸ਼ਕਿਲ ਜੇਲ੍ਹ ਚੋਂ ਸੁਪਰਡੈਂਟ ਰਿਟਾਇਰ ਹੋਏ ਨੇ। ਦੂਸਰੇ ਨੇ ਹੁਣ ਜਥੇਦਾਰ ਆਨੰਦ ਸਿੰਘ ਆਨੰਦਗੜ੍ਹ ਜੀ ਦੇ ਬੇਟੇ ਨੇ ਜਿਹੜੇ ਲੁਧਿਆਣਾ ਜੇਲ੍ਹ ਸੁਪਰਡੈਂਟ ਦੇ, ਸੋਰੀ ਮੇਰੇ ਨਾਮ ਮਿਸ ਹੋਏ, ਤੁਹਾਨੂੰ ਮਾਫ਼ ਕਰੋ ਜੀ। ਦੂਜੇ ਜਥੇਦਾਰ ਸਾਹਿਬ ਦੇ ਬੇਟੇ ਨੇ ਜਿਹੜੇ ਕਿ ਬੇਹੱਦ ਇਮਾਨਦਾਰ ਇਨਸਾਨ। ਮੈਂ ਬੇਨਤੀ ਕਰਨੀ ਚਾਹੁੰਦਾ ਏ ਡੀ ਜੀ ਪੀ ਸਰ ਨੂੰ, ਸੁਪਰਡੈਂਟ ਸਰ ਨੂੰ ਅਤੇ ਜੇਲ੍ਹਾਂ ਵਾਲੇ ਜਿੰਨੇ ਵੀ ਇਹ ਜੇਲ੍ਹ ਮੰਤਰੀ ਨੇ ਸਾਡੇ, ਸੋਰੀ ਜਿਹੜੇ ਹਰਜੋਤ ਸਿੰਘ ਪੈਂਚ ਜੀ ਨੂੰ, ਕਿ ਹਰੇਕ ਬੰਦਾ, ਮੰਨ ਲਓ ਇੱਕ ਮੈਂ ਅੱਜ ਬਿਜ਼ਨਸਮੈਨ, ਖੁਦਾ ਨਾ ਖਾਸਤਾ ਮੇਰੀ ਕਾਰ ਦਾ ਐਕਸੀਡੈਂਟ ਹੋ ਗਿਆ, ਬੰਦਾ ਆ ਕੇ ਮਰ ਗਿਆ, ਤੁਹਾਨੂੰ ਮੈਨੂੰ ਫੜ ਕੇ ਜੇਲ੍ਹ 'ਚ ਭੇਜਿਆ ਜਾਂਦਾ, ਮੇਰਾ ਬਿਜ਼ਨਸ ਫੋਨ ਦੇ ਉੱਤੇ ਚੱਲਦਾ, ਜਾਂ ਮੈਨੂੰ ਦਫ਼ਤਰ ਫਿਜ਼ੀਕਲੀ ਆ ਉੱਥੇ ਆਪਣੇ ਸਰੀਰਕ ਤੌਰ 'ਤੇ ਦਫ਼ਤਰ ਉੱਥੇ ਪਹੁੰਚਣਾ ਪੈਂਦਾ ਬਿਜ਼ਨਸ 'ਤੇ। ਜਦੋਂ ਮੈਂ ਅੰਦਰ ਚਲਿਆ ਜਾਂਦਾ ਮੇਰਾ ਬਿਜ਼ਨਸ ਖਤਮ ਹੋ ਗਿਆ, ਘਾਟ ਜੇ ਮੇਰੇ ਕੋਲ ਮੋਬਾਈਲ ਹੈ, ਮੇਰੇ ਕੋਲ ਮੇਰਾ ਫੋਨ ਹੈ, ਕੋਈ ਹੋਰ, ਹਰੇਕ ਬੰਦੇ ਦਾ ਆਪਣਾ ਆਪਣਾ ਸਰਕਲ ਬਣਿਆ ਹੋਇਆ, ਕਿਸੇ ਦਾ ਛੋਟਾ ਕੰਮ ਆ, ਕਿਸੇ ਦਾ ਵੱਡਾ ਕੰਮ ਆ, ਸਾਰਾ ਕੰਮ ਮੋਬਾਈਲਾਂ ਤੋਂ ਬਿਨਾਂ ਨਹੀਂ ਹੁੰਦਾ। ਅਤੇ ਜੇ ਸਰਕਾਰਾਂ ਚਾਹੁੰਦੀਆਂ ਨੇ ਕਿ ਅਸੀਂ ਜੇਲ੍ਹਾਂ 'ਚੋਂ ਮੋਬਾਈਲ ਬੰਦ ਕਰ ਲਵਾਂਗੇ ਤਾਂ ਇਹ ਵੀ ਇੰਪੋਸੀਬਲ, ਕਿਉਂਕਿ ਦੇਖੋ ਹੁਣ ਇਹ ਜੇਲ੍ਹ ਮੰਤਰੀ ਨੇ, ਹੋ ਸਕਦਾ 2 ਸਾਲ ਨੂੰ ਕੋਈ ਹੋਰ ਹੋ ਜਾਣ, ਹੁਣ ਇਹ ਅਫਸਰ ਨੇ, ਹੋ ਸਕਦਾ 2 ਸਾਲਾਂ ਨੂੰ ਕੋਈ ਅਫਸਰ ਹੋਰ ਆ ਜਾਣ, ਜਦੋਂ ਨਵੇਂ ਅਫਸਰ ਆਉਂਦੇ ਨੇ ਚੇਂਜ ਹੋ ਕੇ ਆਉਂਦੇ ਨੇ, ਹਾਂ ਹਰੇਕ ਅਫਸਰ ਦੇ ਆਪਦੇ 'ਤੇ ਹੁੰਦਾ ਕਿ ਮੈਂ ਕਿੰਨੀ ਕੁ ਜ਼ਿਲ੍ਹਾ ਸਖਤਾਈ ਕਰਨੀ। ਇੱਕ ਗੱਲ ਮੈਂ ਇੱਥੇ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਸਾਰੇ ਜਿੰਨੇ ਵੀ ਸੁਣਦੇ ਨੇ ਜਾਂ ਅਫਸਰ ਨੇ ਜਾਂ ਕੋਈ ਵੀ ਹੈ ਜੇਲ੍ਹ ਪ੍ਰਸ਼ਾਸਨ 'ਚ, ਕਿ ਜੇਲ੍ਹ ਤੁਸੀਂ ਧੱਕੇ ਨਾਲ ਕਿਸੇ ਨੂੰ ਕਟਾ ਨਹੀਂ ਸਕਦੇ, ਕੈਦ ਦੇ ਵਿੱਚ ਤੁਸੀਂ ਧੱਕੇ ਨਾਲ ਕਿਸੇ ਨੂੰ ਰੱਖ ਨਹੀਂ ਸਕਦੇ। ਹਰੇਕ ਕੋਈ ਵੀ ਇਨਸਾਨ ਆ ਜਿਹੜਾ ਜੇਲ੍ਹ ਕੱਟਦਾ ਉਹ ਆਪਣੀ ਮਰਜ਼ੀ ਦੇ ਨਾਲ ਕੱਟਦਾ, ਆਪਣੇ ਉੱਤੇ ਪਏ ਹੋਏ ਕੇਸਾਂ ਨੂੰ ਖਤਮ ਕਰਨ ਦੇ ਲਈ ਕੱਟਦਾ, ਨਾ ਕਿ ਉਹ ਕੇਸਾਂ ਨੂੰ ਵਧਾਉਣ ਦੇ ਲਈ ਕੱਟਦਾ। ਅਤੇ ਜਿਹੜਾ ਮੋਬਾਈਲ ਆ, ਮੋਬਾਈਲ ਜੇਲ੍ਹ ਦੇ ਵਿੱਚ ਸਭ ਤੋਂ ਵੱਡਾ, ਇਹਨੂੰ ਹਥਿਆਰ ਮੰਨਿਆ ਜਾਂਦਾ, ਸਭ ਤੋਂ ਵੱਡਾ ਹੈ ਜਿਹੜਾ ਮੁਕੱਦਮਾ ਵਾ ਇਹ ਜੇਲ੍ਹ ਡਿਪਾਰਟਮੈਂਟ ਦੇ ਵਿੱਚ ਆ ਕੇ ਜਦੋਂ ਬੰਦਾ ਜੇਲ੍ਹ ਦੀ ਕਸਟਡੀ 'ਚ ਆ ਜਾਂਦਾ ਅਤੇ ਉਦੋਂ ਇਹ ਮੰਨਿਆ ਜਾਂਦਾ ਕਿ ਜਿਹਦੇ 'ਤੇ ਜੇਲ੍ਹ ਦਾ ਅੰਦਰਲਾ ਮੁਕੱਦਮਾ ਹੋ ਗਿਆ, ਚਾਹੇ ਲੜਾਈ ਝਗੜਾ ਹੋਵੇ, ਚਾਹੇ ਕੋਈ ਮੋਬਾਈਲ ਦਾ ਹੋਵੇ, ਉਹਦੀ ਜਮਾਨਤ ਦੇ ਵਿੱਚ ਇਹ ਡਿਗਰ ਪਾਉਂਦਾ। ਦੇਖੋ ਸਾਡਾ ਦੇਸ਼ ਤਾਂ ਇੰਡੀਆ ਹੀ ਹੈ ਨਾ, ਇੱਥੇ ਸਹਾਰਾ ਗਰੁੱਪ ਦਾ ਜਿਹੜਾ ਮੁਖੀ ਸੀਗਾ ਉਹਨੇ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਲਾਈ, ਥੋੜ੍ਹੇ ਸਾਲ ਪਹਿਲਾਂ ਦੀ ਗੱਲ ਆ, 4-5 ਸਾਲ ਦੀ ਹੋਣੀ, ਸਵਰਾਤਾ ਰਾਏ ਜੀ ਨੇ ਉਹਨਾਂ ਦੇ ਮੁਖੀ ਨੇ ਜਿਹੜੇ, ਸਹਾਰਾ ਗਰੁੱਪ ਬਹੁਤ ਵੱਡਾ, ਉਹਨਾਂ ਦੀ ਦੇਣਦਾਰੀਆਂ ਬਹੁਤ ਵੱਧ ਗਈਆਂ, ਕਰਜ਼ਾ ਵੱਧ ਗਿਆ, ਬੈਂਕਾਂ ਨੇ ਚੱਕ ਕੇ ਡਿਫਾਲਟਰ ਘੋਸ਼ਿਤ ਕਰਕੇ ਜੀ ਉਹਨਾਂ ਦੀ ਅਰੈਸਟ ਪਵਾਈ, ਇਹਨਾਂ ਨੂੰ ਜੇਲ੍ਹ 'ਚ ਭੇਜਤਾ। ਤਿਹਾੜ ਜੇਲ੍ਹ ਦੇ ਵਿੱਚ ਉਹਨਾਂ ਨੇ ਐਪਲੀਕੇਸ਼ਨ ਉਹਨਾਂ ਦੇ ਵਕੀਲਾਂ ਨੇ ਲਗਾਈ ਕਿ ਮੇਰਾ ਮੁਵੱਕਲ ਪੈਸੇ ਤਾਂ ਵਾਪਸ ਕਰਨੇ ਚਾਹੁੰਦਾ ਪਰ ਉਹ ਕਿਸੇ ਵਜ੍ਹਾ ਕਰਕੇ, ਕਿਉਂਕਿ ਉਹ ਜੇਲ੍ਹ ਦੇ ਵਿੱਚ ਆ, ਉੱਥੇ ਉਹ ਕਿਸੇ ਨਾਲ ਮੀਟਿੰਗਾਂ ਨਹੀਂ ਕਰ ਸਕਦਾ, ਉਹਦੇ ਕੋਲ ਫੋਨ ਹੈ ਨਹੀਂ ਗਾ, ਇਸ ਕਰਕੇ ਮੇਰੇ ਮੁਵੱਕਲ ਨੂੰ ਸਹੂਲਤ ਦਿੱਤੀ ਜਾਵੇ ਕਿ ਉਹ ਜੇਲ੍ਹ ਦੇ ਵਿੱਚੋਂ ਬੈਠ ਕੇ ਆਪਣੇ ਕਾਰੋਬਾਰ ਹੋਟਲ ਆਪਦੇ ਵੇਚ ਸਕੇ ਅਤੇ ਇਹਨਾਂ ਦੀਆਂ ਦੇਣਦਾਰੀਆਂ ਜਿਹੜੇ ਇਹਨਾਂ ਦੇ ਪੈਸੇ ਨੇ ਕੰਪਨੀਆਂ ਦੇ ਉਹ ਵਾਪਸ, ਬੈਂਕਾਂ ਦੇ ਵਾਪਸ ਕਰ ਸਕੇ। ਲਓ ਜੀ, ਕੋਰਟ ਦਾ ਬੜਾ ਵਧੀਆ ਆਰਡਰ ਹੋ ਗਿਆ। ਕੋਰਟ ਦੇ ਆਰਡਰ ਤੋਂ ਬਾਅਦ 'ਚ ਉਹਨਾਂ ਨੇ ਉਸਨੂੰ ਇੱਕ ਸਹੂਲਤ ਦਿੱਤੀ ਕਿ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਇੱਕ ਵੱਡਾ ਰੂਮ ਉਹਦੇ ਲਈ ਸੈਪਰੇਟ ਡਿਊਟੀ ਦੇ ਨੇੜੇ ਉਹਨਾਂ ਨੂੰ ਦਿੱਤਾ ਗਿਆ, ਜਿਹਦੇ ਵਿੱਚ 6-1.5 ਟਨ ਦੇ ਏਸੀ ਲਗਾਏ ਗਏ। ਇੱਕ ਉੱਥੇ ਉਹਨਾਂ ਨੂੰ PA ਪ੍ਰੋਵਾਈਡ ਕਰਵਾਇਆ ਗਿਆ ਜਿਹੜਾ ਕਿ ਮੋਬਾਈਲ ਦੇ ਨਾਲ ਲੈਸ ਸੀਗਾ, ਉਹਨਾਂ ਨੂੰ ਉੱਥੇ ਲੋਕਲ ਮੋਬਾਈਲ ਅਤੇ ਫੋਨ ਦਿੱਤੇ ਗਏ, ਵਾਇਰਲੈਸ ਸੈੱਟ, ਅਤੇ ਉਹਨਾਂ ਨੂੰ ਮੋਬਾਈਲ ਦਿੱਤੇ ਗਏ ਕਿ ਉਹ ਉੱਥੇ ਬੈਠ ਕੇ 1-2 ਮਹੀਨੇ ਦੇ ਵਿੱਚ ਆਪਣੇ ਸਾਰੇ ਹੋਟਲ ਸੇਲ ਕਰ ਸਕੇ, ਲੋਕਾਂ ਨਾਲ ਉੱਥੇ ਮੀਟਿੰਗਾਂ ਕਰ ਸਕੇ, ਉੱਥੇ ਕੁਰਸੀਆਂ ਵੀ ਲਾਈ ਗਈਆਂ, ਸਾਰਾ ਕੁਛ ਲਾਇਆ। ਕਿ ਇਹੀ ਸਾਡੇ ਦੇਸ਼ ਦਾ ਕਾਨੂੰਨ ਆ ਕਿ ਪੈਸੇ ਵਾਲਾ ਬੰਦਾ ਉੱਥੇ ਬੈਠ ਕੇ ਆਪਦੇ ਸਹੂਲਤਾਂ ਲੈ ਸਕਦਾ, ਕੋਰਟ ਦੇ ਵਿੱਚੋਂ ਆਰਡਰ ਕਰਾ ਸਕਦਾ, 1.5 ਟਨ ਦੇ 6 AC ਲਾ ਸਕਦਾ, ਮੋਬਾਈਲ ਲੈ ਸਕਦਾ। ਅਤੇ ਦੂਜੇ ਸਾਡੀਆਂ ਇਹ ਪੰਜਾਬ ਦੀਆਂ ਜਾਂ ਕਿਤੇ ਹੋਰ ਸਟੇਟਾਂ ਦੀਆਂ ਜੇਲ੍ਹਾਂ ਦੇ ਵਿੱਚ ਆਦਮੀ ਮੋਬਾਈਲ ਫੜਿਆ ਜਾਂਦਾ, ਉੱਥੇ ਮੁਕੱਦਮਾ ਹੋ ਜਾਂਦਾ। ਕਾਨੂੰਨ ਇੱਕੋ ਜਿਹਾ ਹੋਣਾ ਚਾਹੀਦਾ, ਅਮੀਰ ਲਈ ਵੀ, ਗਰੀਬ ਲਈ, ਕਾਨੂੰਨ ਉਹ। ਸੋ ਮੇਰੀ ਜੇਲ੍ਹ ਮੰਤਰੀ ਸਾਹਿਬ ਨੂੰ ਬੇਨਤੀ ਆ ਕਿ ਦੇਖੋ, ADGP ਸਰ ਵੀ ਸੁਣਦੇ ਹੋਣਗੇ ਇੰਟਰਵਿਊ, ਕਿ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਨਹੀਂ ਖਤਮ ਹੁੰਦੇ, ਤੁਹਾਨੂੰ ਕਰਨੇ ਵੀ ਨਹੀਂ ਚਾਹੀਦੇ, ਕਿਉਂਕਿ ਬਾਹਰਲੇ ਮੁਲਕ ਅਸੀਂ ਰੀਛਾਂ ਕਰਦੇ ਹਾਂ, ਜੇਲ੍ਹ ਸੁਧਾਰ ਦਾਂਗੇ, ਅਸੀਂ ਕੈਦੀ ਸੁਧਾਰ ਦਾਂਗੇ, ਸੁਧਾਰਨੇ ਕਿੱਥੇ ਆ ਜਦੋਂ 4th ਦਿਨ ਉਹ ਕਿਸੇ ਦੇ ਮੋਬਾਈਲ। ਦੇਖੋ ਹਰੇਕ ਉਹਦਾ ਪਰਿਵਾਰ ਆ, ਇੱਕ ਬੰਦੇ ਦਾ ਛੋਟਾ ਕੰਮ ਆ ਚਾਹੇ ਵੱਡਾ ਕੰਮ ਆ, ਚਾਹੇ ਉਹ ਚੋਰ ਆ, ਚਾਹੇ ਸਾਧ ਆ, ਚਾਹੇ ਉਹ ਕ੍ਰਿਮੀਨਲ ਆ, ਚਾਹੇ ਕੁਛ ਵੀ ਆ, ਜਦੋਂ ਉਹ 'ਤੇ ਮੁਕੱਦਮਾ ਹੋ ਗਿਆ ਉਹਦਾ ਪਿੱਛੇ ਪਰਿਵਾਰ ਤਾਂ ਹੈਗਾ, ਉਹਦਾ ਆਪਣਾ ਕੰਮ ਵੀ ਹੁੰਦਾ, ਕੰਮ ਉਹਦਾ ਹੋਣਾ ਫੋਨਾਂ 'ਤੇ। ਕਿਉਂ ਨਾ ਤੁਸੀਂ ਇਸ ਤਰ੍ਹਾਂ ਇਹਨਾਂ ਦੇ ਫੋਨ ਫੜਨ ਨਾਲੋਂ ਇਹਨਾਂ ਨੂੰ ਫੋਨਾਂ ਦੀ ਸਹੂਲਤ ਦੇ ਦਵੋ, ਕੋਈ ਵਾਇਰਲੈਸ ਸੈੱਟ ਇਹਨਾਂ ਦੇ ਜਿੱਥੇ ਇਹ ਚੱਕੀਆਂ ਦੇ ਵਿੱਚ ਰਹਿੰਦੇ ਨੇ ਉਸ ਚੱਕੀ ਨੂੰ ਇੱਕ ਵਾਇਰਲੈਸ ਸੈੱਟ ਪ੍ਰੋਵਾਈਡ ਕਰਵਾਓ,
ਅਲਾਓ ਕਰਾਓ ਵੀ ਇਹ ਦੇਖੋ ਨਾਲੇ ਤਾਂ ਜੇਲ੍ਹ ਦੀ ਆਮਦਨ ਵਧੂਗੀ ਉਹਦੇ ਨਾਲ ਦੂਸਰਾ ਤੁਹਾਡੇ ਕੋਲ ਜਿਹੜੀਆਂ ਕਾਲਾਂ ਕਰਨਗੇ ਉਹਦੀ ਡਿਟੇਲ ਵੀ ਆ ਜਾ ਕਰੂਗੀ ਸਾਰੀ ਬਿਲਿੰਗ ਤਾਂ ਕਰਾਓ ਉਹਨਾਂ ਨੂੰ ਅਤੇ ਨਹੀਂ ਦੂਜੇ ਸੈੱਟ ਦੇਣੇ ਵੱਡੇ ਸੈੱਟ ਨਹੀਂ ਦੇਣੇ ਛੋਟੇ ਤੁਸੀਂ ਵਾਇਰਲੈਸ ਸੈੱਟ ਦੇ ਦਿਓ ਉਹਦੇ 'ਤੇ ਬੈਠ ਕੇ ਉਹ ਕਾਲਾਂ ਕਰੀ ਜਾਣਗੇ ਇੱਕ ਤਾਂ ਜੇਲ੍ਹਾਂ ਦੇ ਵਿੱਚ ਲੜਾਈ ਝਗੜੇ ਖਤਮ ਹੋ ਜਾਣਗੇ ਦੂਸਰਾ ਤੁਹਾਨੂੰ ਸਾਰਿਆਂ ਦੀ ਡਿਟੇਲ ਆਈ ਜਾਇਆ ਕਰੂਗੀ ਕਿ ਇਹਨਾਂ ਨੇ ਕਿੱਥੇ ਕਿੱਥੇ ਕਾਲਾਂ ਕੀਤੀਆਂ ਹਾਂ ਉਹਦੇ ਵਿੱਚ ਇਹ ਰੱਖ ਦਿਓ ਕਿ ਅਗਰ ਕਿਸੇ ਨੇ ਹੁਣ ਦੂਸਰਾ ਸਮਾਰਟਫੋਨ ਯੂਜ਼ ਕੀਤਾ ਤਾਂ ਉਹਦਾ ਸਪੈਸ਼ਲ ਉਹ 'ਤੇ ਮੁਕੱਦਮਾ ਦਿੱਤਾ ਜਾਵੇ ਇੱਕ ਕਾਨੂੰਨ ਬਣਾ ਦਿੱਤਾ ਜਾਵੇ ਕਿ ਹਾਂ ਜਿਹਨੇ ਇਹ ਕੋਈ ਫੋਨ ਯੂਜ਼ ਕਰੂਗਾ ਉਹਦੀ ਇਹ ਜ਼ਮਾਨਤ ਨਹੀਂ ਹੋਊਗੀ ਜਿਹਨੇ ਜੇਲ੍ਹ ਦੇ ਵਿੱਚ ਇਸ ਤੋਂ ਫੋਨ ਫੜਿਆ ਗਿਆ ਇਹ ਸਹੂਲਤ ਦੇਣ ਤੋਂ ਬਾਅਦ ਪਹਿਲਾਂ ਇਹਨਾਂ ਕਰਦੇ ਹੋਏ ਕਿਉਂਕਿ ਤੁਸੀਂ ਜਲਦਬਾਜ਼ੀ 'ਚ ਰਹਿੰਦੇ ਹੋ ਸਰਕਾਰ ਦਾ ਕੰਮ ਇਹੀ ਹੈ ਸ਼ਾਮ ਨੂੰ ਫਿਰ ਵਾਪਸ ਵੀ ਆਉਣਾ ਹੁੰਦਾ ਕੋਈ ਬਿਆਨ ਤੁਹਾਡਾ ਸਵੇਰੇ ਦਿੱਤਾ ਅਤੇ ਬੇਨਤੀ ਮੈਂ ਇਹੀ ਕਰਦਾ ਕਿ ਇਸ ਤਰ੍ਹਾਂ ਦਾ ਕੋਈ ਸੋਚੋ ਜੇਲ੍ਹਾਂ ਦੇ ਜਿਹੜੇ ਜੇਲ੍ਹਾਂ 'ਚ ਬੰਦੇ ਰਹਿ ਕੇ ਗਏ ਹੋਏ ਨੇ ਕੋਈ ਉਹਨਾਂ ਦੀ ਮਦਦ ਲਈ ਜਾਵੇ ਇਹਦੇ ਵਿੱਚ ਕਿਉਂਕਿ ਨਾ ਤਾਂ ਜੇਲ੍ਹ ਦੇ ਵਿੱਚ ਸਾਰੇ ਬੰਦੇ ਧਮਕੀਆਂ ਦਿੰਦੇ ਨੇ ਮੰਨ ਲਓ ਐਗਜ਼ਾਮਪਲ ਲੁਧਿਆਣਾ ਜੇਲ੍ਹ 'ਚ 4,3800 ਬੰਦਾ ਵਰਗ ਜੇਲ੍ਹ ਅਤੇ ਸਾਰੀਆਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕੁੱਲ ਮਿਲਾ ਕੇ ਕੋਈ 50,000 ਦੇ ਕਰੀਬ ਬੰਦਾ ਜੇਲ੍ਹਾਂ 'ਚ ਹੋਊਗਾ ਅਤੇ ਉਹ 50,000 ਦੇ ਵਿੱਚੋਂ ਕਿੰਨੇ ਕੁ ਬੰਦੇ ਧਮਕੀਆਂ ਦਿੰਦੇ ਆ ਜੀ 5 ਹੋਣਗੇ 10 ਹੋਣਗੇ ਚਾਹ ਕੇ ਬੰਦ ਕਰ ਦਿਓ ਦੇ ਦਿਓ ਪਰਚੇ ਉਹਨਾਂ 'ਤੇ ਜੇ ਕੋਈ ਫਰੌਤੀ ਮੰਗਦਾ ਦਿਓ ਮੁਕੱਦਮਾ ਦਿਓ ਅਤੇ ਨਾਲ ਲਿਖਿਆ ਜਾਵੇ ਕਾਨੂੰਨ ਬਣਾ ਦਿਓ ਕਿ ਜਿਹੜੇ ਬੰਦੇ ਤੋਂ ਜੇਲ੍ਹ ਦੇ ਵਿੱਚ ਮੋਬਾਈਲ ਫੜਿਆ ਗਿਆ ਉਸ ਦੀ ਜ਼ਮਾਨਤ ਨਹੀਂ ਹੋਊਗੀ ਬਸ ਦੇਖਿਓ ਜਿਹਨਾਂ 'ਚ ਮੋਬਾਈਲ ਬੰਦ ਹੁੰਦੇ ਸਹੂਲਤ ਤਾਂ ਦਿਓ ਕਿਸੇ ਨੂੰ ਜੇ ਅਗਲਾ ਕੋਈ ਕੈਦੀ ਆ ਕੋਈ ਹਵਾ ਲਾਤੀ ਆ ਗੁੱਡ ਕਰੈਕਟਰ ਦੇ ਵਿੱਚ ਜੇਲ੍ਹ ਕੱਟ ਰਿਹਾ ਵਾ ਤਾਂ ਹਰੇਕ ਬੰਦੇ ਦਾ ਆਪਦਾ ਪਰਿਵਾਰ ਆ ਹਰੇਕ ਦਾ ਆਪਦਾ ਸਰਕਲ ਬਣਿਆ ਹੋਇਆ ਵਾ ਬਾਹਰਲੇ ਦੇਸ਼ਾਂ ਦੀਆਂ ਜੇਲ੍ਹਾਂ 'ਚ ਵੀ ਫੋਨ ਦੀ ਸਹੂਲਤ ਮਿਲਦੀ ਆ ਤੁਸੀਂ ਇਹਨਾਂ ਨੂੰ ਵੀ ਵਾਇਰਲੈਸ ਫੋਨ ਦੇ ਦਿਓ ਨਾਲੇ ਤੁਹਾਡੇ ਕੋਲ ਡਿਟੇਲਾਂ ਆ ਜਾ ਕਰਨਗੀਆਂ ਨਾਲੇ ਤੁਹਾਨੂੰ ਜੇਲ੍ਹ ਨੂੰ ਆਮਦਨ ਹੋ ਜੂਗੀ ਉਹਨਾਂ ਨੂੰ ਦੇ ਦਿਓ 1,000 ਰੁਪਇਆ ਮਹੀਨਾ ਲਾ ਦਿਓ ਕਿ ਭਾਈ ਜਿਹਨੇ ਲੈਣਾ ਵਾ 1,000 ਰੁਪਇਆ ਸਾਨੂੰ ਜੇਲ੍ਹ ਡਿਪਾਰਟਮੈਂਟ ਨੂੰ ਦਿਓ ਦੇਖੋ ਤੁਹਾਡੇ ਨਾਲੇ ਜੇਲ੍ਹ ਡਿਪਾਰਟਮੈਂਟ ਦੀ ਕਮਾਈ ਵਧੂਗੀ ਅਤੇ ਦੂਸਰੀ ਜਿਹੜੀ ਮੈਂ ਸੁਪਰਡੈਂਟ ਸਾਹਿਬਾਂ ਦੀ ਪਹਿਲਾਂ ਗੱਲ ਕੀਤੀ ਆ ਅਮਰੀਕ ਸਿੰਘ ਮਾਂਗਟ ਜੀ ਦੀ ਚਲੋ ਉਹ ਤਾਂ ਹੁਣ ਰਿਟਾਇਰ ਹੋ ਗਏ ਉਹਨਾਂ ਵੇਲੇ ਸਾਰੀਆਂ ਜੇਲ੍ਹਾਂ 'ਚ ਪਤਾ ਕਿ ਉਸ ਟਾਈਮ ਰੋਟੀ ਵਧੀਆ ਹੋ ਜਾਂਦੀ ਸੀ ਇਸੇ ਤਰ੍ਹਾਂ ਜਿਹੜੇ ਜਥੇਦਾਰ ਨੰਦਗੜ੍ਹ ਸਾਹਿਬ ਦੇ ਬੇਟੇ ਆਏ ਨੇ ਲੁਧਿਆਣਾ ਜੇਲ੍ਹ ਸੁਪਰਡੈਂਟ ਬਣੇ ਨੇ ਅਤੇ ਉਹਨਾਂ ਦੇ ਹੁੰਦੇ ਵੀ ਇੱਥੇ ਸੁਧਾਰ ਹੋਣਾ ਸ਼ੁਰੂ ਹੋਇਆ ਰੋਟੀ 'ਚ ਹੋਰ ਵੀ ਚੀਜ਼ਾਂ ਸੁਧਾਰ ਹੋਊਗਾ ਪਰ ਮੇਰੀ ਬੇਨਤੀ ਆ ਕਿ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਦਿਵਾਓ ਕਿਉਂਕਿ ਜਦੋਂ ਲੋਕ ਆਪਦੇ ਪਰਿਵਾਰਾਂ 'ਚ ਗੱਲ ਕਰ ਸਕਣਗੇ ਉਹਨਾਂ ਦੇ ਬੱਚੇ ਨੇ ਉਹਨਾਂ ਦੇ ਪਰਿਵਾਰ ਨੇ ਮਾਤਾ ਪਿਤਾ ਨੇ ਕੋਈ ਬਿਜ਼ਨਸ ਆ ਉਹਨਾਂ ਦਾ ਆਪਦਾ ਕੰਮ ਚੱਲਦਾ ਰਹਿ ਜੂਗਾ ਪਿਛਲਾ ਪਰਿਵਾਰ ਭੁੱਖਾ ਨਾ ਮਰੇ ਸਿਰਫ ਉਹਨਾਂ ਦੀ ਜੇਲ੍ਹ ਜਾਣ ਦੀ ਵਜ੍ਹਾ ਕਰਕੇ ਉਹਨਾਂ ਦਾ ਰੋਟੀ ਪਾਣੀ ਦਾ ਗੁਜ਼ਾਰਾ ਚੱਲਦਾ ਰਹੇ ਉਹ ਆਪਣਾ ਫੋਨ ਦੇ ਉੱਤੇ ਬਿਜ਼ਨਸ ਆਪਦਾ ਕਰਦੇ ਰਹਿਣ ਹਾਂ ਜਿਹੜਾ ਕੋਈ ਗਲਤੀ ਕਰਦਾ ਉਹਦਾ ਮੈਂ ਪਹਿਲਾਂ ਵੀ ਕਿਹਾ ਕਿ ਸਰਕਾਰ ਉਹਨਾਂ ਲਈ ਇਹੋ ਜਿਹਾ ਕੋਈ ਸਖ਼ਤ ਕਾਨੂੰਨ ਬਣਾਵੇ ਸੋ ਮੇਰੀ ਬੇਨਤੀ ਆ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਅਤੇ ਦੂਜੀ ਗੱਲ ਜਿਹੜੇ ਜੇਲ੍ਹਾਂ 'ਚੋਂ ਆ ਕੇ ਕਹਿੰਦੇ ਨੇ ਨਾ ਕਿ ਜੇਲ੍ਹ 'ਚ 10,000 ਦਾ ਫੋਨ ਮਿਲਦਾ 15,000 ਦਾ ਮਾਮਾ ਤੁਸੀਂ ਉੱਥੇ ਲੈਂਦੇ ਰਹੇ ਹੋ ਜਾਂ ਤਾਂ ਨਾ ਲੈਂਦੇ ਨਾ ਖਰੀਦਦੇ ਠੀਕ ਹੈ ਜੀ ਜੇ ਤੁਸੀਂ ਕਿਸੇ ਨੇ ਸਹੂਲਤ ਲੈਣੀ ਆ ਤਾਂ ਉਹਦੀਆਂ ਉਹਦੇ ਸਹੂਲਤ ਲੈਣ ਵਾਲੇ ਦੀ ਚੋਰ ਮੋਰੀਆਂ ਬਹੁਤ ਹੁੰਦੀਆਂ ਨੇ ਉਹ ਚੋਰ ਮੋਰੀਆਂ ਬਾਹਰ ਆ ਕੇ ਨਾ ਦੱਸਿਆ ਕਰੋ ਦੂਜਿਆਂ ਦਾ ਨੁਕਸਾਨ ਨਾ ਕਰਿਆ ਧੰਨਵਾਦ ਜੀ ਬਹੁਤ ਬਹੁਤ ਅਤੇ ਸਰਕਾਰ ਨੂੰ ਬੇਨਤੀ ਹੈ ਕਿ ਸਰਕਾਰ ਇਸ 'ਤੇ ਗੌਰ ਕਰੇ ਜੇਲ੍ਹਾਂ ਦੇ ਵਿੱਚ ਵਾਇਰਲੈਸ ਸੈੱਟ ਮੁਹੱਈਆ ਕਰਾਵੇ ਜਿਹੜਾ ਪੈਸੇ ਭਰੂਗਾ ਉਹ ਆਪਦਾ ਲਊਗਾ ਆਪਦਾ ਬਿਜ਼ਨਸ ਚਲਾਊਗਾ ਜਿਹੜਾ ਗਲਤੀ ਕਰੂਗਾ ਉਹਦੀ ਜ਼ਮਾਨਤ ਦੇ ਵਿੱਚ ਵਿਘਨ ਪਵੇ ਉਹ ਮੁਕੱਦਮਾ ਇਹੋ ਜਿਹਾ ਹੋਵੇ ਕਿ ਉਹਦੀ ਜ਼ਮਾਨਤ ਦੇ ਵਿੱਚ ਵਿਘਨ ਪਵੇ ਧੰਨਵਾਦ